मैं SI सुभाष भगत इंचार्ज PCR डिस्ट्रिक्ट हुशियारपुर आप समूह पंजाब निवासियों नूं एक बहुत ही वधिया जानकारी देनी चाहुंदा हां कि मोटर व्हीकल सोध एक्ट 2019 तहत जो नाबालग बच्चे आ छोटे बच्चे आ वो दो पहिया व्हीकल ते चार पहिया व्हीकल जिहड़ा वह नहीं चला सकते। अगर कोई बच्चा नाबालग बच्चा दो पहिया व्हीकल या चार पहिया व्हीकल चलाउंदा है ਉਹਦੇ ਜਿਹੜੇ ਮਾਤਾ ਪਿਤਾ ਹੈ ਉਹਨਾਂ ਨੂੰ 3 ਸਾਲ ਦੀ ਕੈਦ ਤੇ 25,000 ਰੁਪਇਆ ਜੁਰਮਾਨਾ ਹੋ ਸਕਦਾ ਹੈ। ਇਸੇ ਤਰ੍ਹਾਂ ਅਗਰ ਕੋਈ ਬੱਚਾ ਕਿਸੇ ਆਪਣੇ ਰਿਸ਼ਤੇਦਾਰ ਕੋਲੋਂ ਜਾਂ ਆਪਣੇ ਕਿਸੇ ਆਂਢ ਗੁਆਂਢ ਤੋਂ ਕੋਈ ਦੋ ਪਹੀਆ ਵਹੀਕਲ ਜਾਂ ਚਾਰ ਪਹੀਆ ਵਹੀਕਲ ਮੰਗ ਕੇ ਚਲਾਉਂਦਾ ਹੈ ਤਾਂ ਉਸ ਵਹੀਕਲ ਦਾ ਜੋ ਮਾਲਕ ਹੈ ਉਸਦੇ ਖਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸੋ ਮੇਰੀ ਆਪ ਸਭ ਨੂੰ ਬੜੀ ਅਦਬ ਤੇ ਸਤਿਕਾਰ ਨਾਲ ਬੇਨਤੀ ਹੈ ਕਿ ਆਪ ਆਪਣੇ ਬੱਚਿਆਂ ਨੂੰ ਦੋ ਪਹੀਆ ਵਹੀਕਲ ਚਾਰ ਪਹੀਆ ਵਹੀਕਲ ਨਾ ਦਿਓ ਤਾਂ ਜੋ ਉਹ ਆਪਣੀ ਜ਼ਿੰਦਗੀ ਜਿਹੜੀ ਹੈ ਸੁਖਮਈ ਬਤੀਤ ਕਰ ਸਕਣ ਤੇ ਸਾਡੇ ਜੋ ਰੋਡ ਐਕਸੀਡੈਂਟ ਹੋ ਰਹੇ ਆ ਇਹਨਾਂ ਬੱਚਿਆਂ ਦੀ ਨਿਰਧਾਰਤ ਕਰਕੇ ਇਹਨਾਂ ਐਕਸੀਡੈਂਟਾਂ ਦੀ ਜਿਹੜੀ ਰੇਸ਼ੋ ਹੈ ਇਸ ਨੂੰ ਘਟਾਇਆ ਜਾਵੇ। ਧੰਨਵਾਦ। ਮੈਂ SI ਸੁਭਾਸ਼ ਭਗਤ ਇੰਚਾਰਜ PCR ਡਿਸਟ੍ਰਿਕਟ ਹੁਸ਼ਿਆਰਪੁਰ ਆਪ ਸਮੂਹ ਪੰਜਾਬ ਨਿਵਾਸੀਆਂ ਨੂੰ ਇੱਕ ਬਹੁਤ ਹੀ ਵਧੀਆ ਜਾਣਕਾਰੀ ਦੇਣੀ ਚਾਹੁੰਦਾ ਹਾਂ ਕਿ ਮੋਟਰ ਵਹੀਕਲ ਸੋਧ ਐਕਟ 2019 ਤਹਿਤ ਜੋ ਨਾਬਾਲਗ ਬੱਚੇ ਆ ਛੋਟੇ ਬੱਚੇ ਆ ਉਹ ਦੋ ਪਹੀਆ ਵਹੀਕਲ ਤੇ ਚਾਰ ਪਹੀਆ ਵਹੀਕਲ ਜਿਹੜਾ ਉਹ ਨਹੀਂ ਚਲਾ ਸਕਦੇ। ਅਗਰ ਕੋਈ ਬੱਚਾ ਨਾਬਾਲਗ ਬੱਚਾ ਦੋ ਪਹੀਆ ਵਹੀਕਲ ਜਾਂ ਚਾਰ ਪਹੀਆ ਵਹੀਕਲ ਚਲਾਉਂਦਾ ਹੈ ਉਹਦੇ ਜਿਹੜੇ ਮਾਤਾ ਪਿਤਾ ਹੈ ਉਹਨਾਂ ਨੂੰ 3 ਸਾਲ ਦੀ ਕੈਦ ਤੇ 25,000 ਰੁਪਇਆ ਜੁਰਮਾਨਾ ਹੋ ਸਕਦਾ ਹੈ। ਇਸੇ ਤਰ੍ਹਾਂ ਅਗਰ ਕੋਈ ਬੱਚਾ ਕਿਸੇ ਆਪਣੇ ਰਿਸ਼ਤੇਦਾਰ ਕੋਲੋਂ ਜਾਂ ਆਪਣੇ ਕਿਸੇ ਆਂਢ ਗੁਆਂਢ ਤੋਂ ਕੋਈ ਦੋ ਪਹੀਆ ਵਹੀਕਲ ਜਾਂ ਚਾਰ ਪਹੀਆ ਵਹੀਕਲ ਮੰਗ ਕੇ ਚਲਾਉਂਦਾ ਹੈ ਤਾਂ ਉਸ ਵਹੀਕਲ ਦਾ ਜੋ ਮਾਲਕ ਹੈ ਉਸਦੇ ਖਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸੋ ਮੇਰੀ ਆਪ ਸਭ ਨੂੰ ਬੜੀ ਅਦਬ ਤੇ ਸਤਿਕਾਰ ਨਾਲ ਬੇਨਤੀ ਹੈ ਕਿ ਆਪ ਆਪਣੇ ਬੱਚਿਆਂ ਨੂੰ ਦੋ ਪਹੀਆ ਵਹੀਕਲ ਚਾਰ ਪਹੀਆ ਵਹੀਕਲ ਨਾ ਦਿਓ ਤਾਂ ਜੋ ਉਹ ਆਪਣੀ ਜ਼ਿੰਦਗੀ ਜਿਹੜੀ ਹੈ ਸੁਖਮਈ ਬਤੀਤ ਕਰ ਸਕਣ ਤੇ ਸਾਡੇ ਜੋ ਰੋਡ ਐਕਸੀਡੈਂਟ ਹੋ ਰਹੇ ਆ ਇਹਨਾਂ ਬੱਚਿਆਂ ਦੀ ਨਿਰਧਾਰਤ ਕਰਕੇ ਇਹਨਾਂ ਐਕਸੀਡੈਂਟਾਂ ਦੀ ਜਿਹੜੀ ਰੇਸ਼ੋ ਹੈ ਇਸ ਨੂੰ ਘਟਾਇਆ ਜਾਵੇ। ਧੰਨਵਾਦ। ਮੈਂ SI ਸੁਭਾਸ਼ ਭਗਤ ਇੰਚਾਰਜ PCR ਡਿਸਟ੍ਰਿਕਟ ਹੁਸ਼ਿਆਰਪੁਰ ਆਪ ਸਮੂਹ ਪੰਜਾਬ ਨਿਵਾਸੀਆਂ ਨੂੰ ਇੱਕ ਬਹੁਤ ਹੀ ਵਧੀਆ ਜਾਣਕਾਰੀ ਦੇਣੀ ਚਾਹੁੰਦਾ ਹਾਂ ਕਿ ਮੋਟਰ ਵਹੀਕਲ ਸੋਧ ਐਕਟ 2019 ਤਹਿਤ ਜੋ ਨਾਬਾਲਗ ਬੱਚੇ ਆ ਛੋਟੇ ਬੱਚੇ ਆ ਉਹ ਦੋ ਪਹੀਆ ਵਹੀਕਲ ਤੇ ਚਾਰ ਪਹੀਆ ਵਹੀਕਲ ਜਿਹੜਾ ਉਹ ਨਹੀਂ ਚਲਾ ਸਕਦੇ। ਅਗਰ ਕੋਈ ਬੱਚਾ ਨਾਬਾਲਗ ਬੱਚਾ ਦੋ ਪਹੀਆ ਵਹੀਕਲ ਜਾਂ ਚਾਰ ਪਹੀਆ ਵਹੀਕਲ ਚਲਾਉਂਦਾ ਹੈ ਉਹਦੇ ਜਿਹੜੇ ਮਾਤਾ ਪਿਤਾ ਹੈ ਉਹਨਾਂ ਨੂੰ 3 ਸਾਲ ਦੀ ਕੈਦ ਤੇ 25,000 ਰੁਪਇਆ ਜੁਰਮਾਨਾ ਹੋ ਸਕਦਾ ਹੈ। ਇਸੇ ਤਰ੍ਹਾਂ ਅਗਰ ਕੋਈ ਬੱਚਾ ਕਿਸੇ ਆਪਣੇ ਰਿਸ਼ਤੇਦਾਰ ਕੋਲੋਂ ਜਾਂ ਆਪਣੇ ਕਿਸੇ ਆਂਢ ਗੁਆਂਢ ਤੋਂ ਕੋਈ ਦੋ ਪਹੀਆ ਵਹੀਕਲ ਜਾਂ ਚਾਰ ਪਹੀਆ ਵਹੀਕਲ ਮੰਗ ਕੇ ਚਲਾਉਂਦਾ ਹੈ ਤਾਂ ਉਸ ਵਹੀਕਲ ਦਾ ਜੋ ਮਾਲਕ ਹੈ ਉਸਦੇ ਖਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸੋ ਮੇਰੀ ਆਪ ਸਭ ਨੂੰ ਬੜੀ ਅਦਬ ਤੇ ਸਤਿਕਾਰ ਨਾਲ ਬੇਨਤੀ ਹੈ ਕਿ ਆਪ ਆਪਣੇ ਬੱਚਿਆਂ ਨੂੰ ਦੋ ਪਹੀਆ ਵਹੀਕਲ ਚਾਰ ਪਹੀਆ ਵਹੀਕਲ ਨਾ ਦਿਓ ਤਾਂ ਜੋ ਉਹ ਆਪਣੀ ਜ਼ਿੰਦਗੀ ਜਿਹੜੀ ਹੈ ਸੁਖਮਈ ਬਤੀਤ ਕਰ ਸਕਣ ਤੇ ਸਾਡੇ ਜੋ ਰੋਡ ਐਕਸੀਡੈਂਟ ਹੋ ਰਹੇ ਆ ਇਹਨਾਂ ਬੱਚਿਆਂ ਦੀ ਨਿਰਧਾਰਤ ਕਰਕੇ ਇਹਨਾਂ ਐਕਸੀਡੈਂਟਾਂ ਦੀ ਜਿਹੜੀ ਰੇਸ਼ੋ ਹੈ ਇਸ ਨੂੰ ਘਟਾਇਆ ਜਾਵੇ। ਧੰਨਵਾਦ ਜੀ।